साढ़े पिंड बंदे मौजूद ने जिन्हें इलाज करवाया। दूसरी चीज ये वे कि हर हुकूमत लुट्टन का जोर रखे। मैं बताते खुद दुकानदार हाँ, किराए तो मेरा मकान है, एक असर बकाया से आज नवाज शरीफ कड़ रहे, तो शहबाज शरीफ कड़ रहे और इन्होंने मुल्क का बेड़ा गर्क पूरा कर छड़े। कपड़े दे के कपड़े बेच के आटा सस्ता करके भाई जान 2000 रुपया दे रहे ने आवाम नु। मुकेगा 2000 की गल सुनो, मुकेगा हूं तो पहले ही मुक गया। जिन्हें 12000 दिता ही ओदा नाम पहले ले लो हां, एप्लीकेट करो ना हर बंदे ने एप्लीकेट करने है जी, जो हक बनदा ओदा नु दियो। ठीक है कि ओ जेड़ा जिद्दन इमरान खान साहब छड़ी ना हुकूमत ते 450 रुपए किलो सी, हां जी आज जेड़ा 550 किलो नॉर्मल क्यों नॉर्मल क्यों। ठीक है हर दाल ओ मेरी दुकान है हां जी, हर दाल 50 तो लाके 100 रुपए तक पर केजी महंगी हुई है हां जी। क्या इमरान खान ने महंगाई की थी जाए ना होना की थी, इन्हां नु इस आसमी ते बंदे लाइक कीता है कि इमरान खान नु पिछा कीता कि ये महंगाई घटाणगे, इन्हां ने तो कपड़े दे बजाय अंडरवेयर भी ला छड़े, वो सिर्फ कमीज ला के गया, इन्हां बंदे दा अंडरवेयर भी ला के नंगियां कर छड़े। क्या है मुल्क दी बदकिस्मती नहीं कि जितने लीडर आ रहे ने वो सारे सारे करप्ट और बेईमान ने, ऐसे आवाम का की कसूर है जिहड़ी खलोती है इत्थे। ਇਹ ਸੜਕ ਦੀ ਸਿਚੁਏਸ਼ਨ ਦੱਸੋ ਇਹਨੂੰ, ਪਿਛਲੇ 15 ਸਾਲ ਤੋਂ ਸੜਕ ਬਣ ਸਕੀ ਹੈ? ਮੈਂ ਜਦੋਂ ਵੀ ਆਇਆ ਇੱਥੇ ਲੋਕ ਰਿਸ਼ਤੇ ਕਰਨੇ ਛੱਡ ਗਏ ਨੇ। ਮੈਂ ਜਦੋਂ ਵੀ ਆਇਆ ਕਹਿੰਦੇ ਬਸ ਬਣਨ ਲੱਗੀ ਬਣਨ ਲੱਗੀ, ਬਸ ਜੀ ਬਣਨ ਲੱਗੀ, ਅੱਠਾਂ ਪੈਰਾਂ ਹੀ ਸ਼ੁਰੂ ਹੋ ਗਈ ਹੈ, ਅਸੀਂ ਵੀ ਬੁੱਢੇ ਹੋ ਗਏ, ਝਾਟਾ ਚਿੱਟਾ ਹੋ ਗਿਆ, ਇਹਨਾਂ ਦੀਆਂ ਗੱਲਾਂ ਸੁਣਦੇ ਆ ਹਾਂਜੀ, ਤੇ ਇੱਥੇ ਲੋਕ ਰਿਸ਼ਤੇ ਕਰਨੇ ਛੱਡ ਗਏ ਨੇ। ਉਹ ਇਮਰਾਨ ਖਾਨ ਹੋਵੇ ਜਾਂ ਸ਼ਹਬਾਜ਼ ਸ਼ਰੀਫ ਹੋਵੇ, ਇਹ ਕਰਨਾ ਕਿੰਨੇ ਨੇ? ਅਗਰ ਮੁਲਕ ਦਾ ਕਰਜ਼ਾ ਲੈਣਾ ਚਾਹੁੰਦੇ ਨੇ ਕਰਜ਼ੂ ਉਤਾਰੋ, ਮੁਲਕ ਸੰਵਾਰੋ। ਹਾਂ ਭਾਈ ਮੇਰੇ ਜਿੰਨਾ ਪੈਸਾ ਇਹਨਾਂ ਨੇ ਬਾਹਰ ਰੱਖਿਆ ਉਹ ਮੁਲਕ 'ਚ ਲਿਆਉਣ ਤਾਂ ਕਰਜ਼ਾ ਲੈ ਜਾਏਗਾ। ਇਹ ਲੋਕ ਸਾਨੂੰ ਆਉਂਦੇ ਨੇ ਜੋ ਕਰਜ਼ਾ ਲੈਣ ਵਾਸਤੇ, ਆਪਣਾ ਇਹਨਾਂ ਦਾ ਇੱਕ ਟਾਈਮ ਦਾ ਖਾਣਾ ਜਿਹੜਾ ਉਹ ਲੱਖਾਂ ਰੁਪਈਆਂ ਦਾ। ਇਹ ਆਵਾਮ ਜਿਹੜੀ ਹੈ ਇਹ ਕਾਹਦੇ ਤੋਂ ਖਾ ਰਹੀ ਹੈ? ਜਾ ਕੇ ਲੂਣ ਮਿਰਚਾਂ ਦਾ ਗੁਜ਼ਾਰਾ ਕਰਦੀ ਹੈ ਭਾਈ, ਦਾਲ ਤਾਂ ਗੁਜ਼ਾਰਾ ਹੀ ਕਰਦੇ ਹਾਂ ਚਣਿਆਂ ਦੀ ਦਾਲ 'ਤੇ, ਕਿ ਗਰੀਬ ਆਦਮੀ ਖਾ, ਉਹ ਵੀ 200 ਰੁਪਏ ਤੋਂ ਉੱਤੇ ਟੁਰ ਗਈ ਕਿਲੋ। ਮਗਰ ਕੀ ਕਰਨਾ ਹੈ, ਇੱਕ ਮਜ਼ਦੂਰ ਬੰਦੇ ਦੀ 800 ਰੁਪਈਆ ਜਾਂ 1000 ਰੁਪਈਆ ਦਿਹਾੜੀ ਹੈ, ਕਿੱਥੇ ਸੁੱਤੀ ਹੈ ਹਕੂਮਤ ਔਰ ਇਸ ਮੁਲਕ ਦੇ ਦੁਸ਼ਮਣ ਬਣ ਗਏ ਨੇ ਸਾਰੇ। ਕਿਆ ਕਾਇਦੇ ਆਦਮ ਨੇ ਮੁਲਕ ਇਸ ਵਾਸਤੇ ਬਣਾ ਕੇ ਦਿੱਤਾ ਸੀ ਕਿ ਤੁਸੀਂ ਲੁੱਟਿਆ ਜੇ ਤੇ ਗੁਲਾਮ ਰਹੋ ਸਾਰੀ, ਤੇ ਗੁਲਾਮ ਰਿਹਾ ਜੇ ਸਾਰੀ ਜ਼ਿੰਦਗੀ, ਗੁਲਾਮੀ ਲਾਮ ਲੈ ਕੇ ਰਹੇਗੇ ਆਜ਼ਾਦੀ, ਕਿਹੜੀ ਆਜ਼ਾਦੀ ਅਸਾਂ ਲਈ ਹੈ? ਦੂਜੇ ਥੱਲੇ ਅਸੀਂ ਲੰਮੇ ਪੈ ਗਏ ਹਾਂ, 75 ਸਾਲ ਤੋਂ ਜਿੰਨੇ ਹੁਕਮਰਾਨ ਆਏ ਨੇ, ਕਿਆ ਕਿਸੇ ਨੇ ਹਕੀਕੀ ਆਜ਼ਾਦੀ ਵਾਸਤੇ ਕੁਝ ਕੀਤਾ? ਕਿਆ ਸਾਡੇ ਤੋਂ ਸਿਰ ਤੋਂ ਕਰਜ਼ਾ ਲਾਇਆ? ਜੰਮਣਿਆ ਬੱਚਾ ਨੇ ਜੇ ਮਾਂ ਦੀ ਕੋਖ 'ਚੋਂ ਉਹ ਕਰਜ਼ਈ ਹੈ, ਉਹਦਾ ਕਸੂਰ ਕੀ ਹੈ? ਉਹ ਕਿੰਨੇ ਕਰਜ਼ਈ ਕੀਤਾ ਪਾਕਿਸਤਾਨ 'ਚ ਪੈਦਾ? ਕਿਆ ਤੁਸਾਂ ਲਿਆ ਕਰਜ਼ਾ ਜਾਂ ਮੈਂ ਲਿਆ? ਕਿੰਨੇ ਲਿਆ? ਜਿਤਨੀ ਆਵਾਮ ਖੜੇ ਇਹਨਾਂ ਦਾ ਕੈਮਰਾ ਮਾਰੇ ਨੇ, ਪੁੱਛੋ ਕਿਸੇ ਕਰਜ਼ਾ ਲਿਆ ਹੈ? ਕਿੰਨੇ ਲਿਆ ਉਹ ਕਰਜ਼ਾ ਔਰ ਉਹ ਕਿੱਥੇ ਗਿਆ ਹੈ? ਕਿੰਨੇ ਖਾਧਾ ਉਹ ਕਰਜ਼ਾ? ਕਿਆ ਮੈਂ ਗੱਡੀ ਬਣਾਈ ਹੈ ਜਾਂ ਬਾਹਰ ਕਿਸੇ ਨੇ ਜਾ ਕੇ ਦੁਬਈ ਦੇ ਵਿੱਚ ਫਲੈਟ ਖਰੀਦੇ ਨੇ? ਇੱਕ ਸਿਰੇ ਤੋਂ ਸ਼ੁਰੂ ਹੋ, ਦੂਸਰੇ ਸਿਰੇ ਤੱਕ ਜ਼ਰਦਾਰੀ ਸਾਹਿਬ ਨੇ ਹਾਂਜੀ, ਦੁਬਈ ਦੇ ਵਿੱਚ ਹਾਂਜੀ, ਲੰਡਨ 'ਚ ਟੁਰ ਜਾਓ, ਚਾਈਨਾ 'ਚ ਟੁਰ ਜਾਓ, ਹੋਰ ਸਵਿਟਜ਼ਰਲੈਂਡ 'ਚ ਟੁਰ ਜਾਓ, ਅਮਰੀਕਾ 'ਚ ਟੁਰ ਜਾਓ, ਇਹਨਾਂ ਦਾ ਕੱਖ ਸਾਬਤ ਨਹੀਂ ਹੁੰਦਾ, ਬੰਦੇ ਕੁੱਕੜੀ ਚੁੱਕੀ ਵੀ ਨਹੀਂ, ਥਾਣੇ ਲੰਮੇ ਪਾਏ ਆ, ਇਹਨਾਂ ਮੁਲਕ ਲੁੱਟ ਛੜਿਆ, ਇਹਨਾਂ ਨੂੰ ਕੋਈ ਉਂਗਲ ਵੀ ਨਹੀਂ ਲਾਂਦਾ, ਨਾਲੇ ਤੁਹਾਡੀ ਤੇ ਨਿੰਬੂ ਨਿਚੋੜਨ ਤੋਂ ਬਗੈਰ ਸਕੰਜ ਵੀ ਨਹੀਂ ਬਣਦੀ, ਇਹਨਾਂ ਨੂੰ ਨਿਚੋੜੋਗੇ ਤਾਂ ਕੁਝ ਨਿਕਲ ਆਏਗਾ। ਅੱਛਾ ਕਦੀ ਸੁਣਿਆ ਕਿ ਕਿਸੇ ਮੁਲਕ ਦਾ ਵਜ਼ੀਰ ਆਜ਼ਮ ਵਜ਼ੀਰ ਆਲਾ ਮੁਜਰਮ ਹੋਏ? ਕਦੀ ਸੁਣਿਆ ਸਾਡੇ ਮੁਲਕ ਦਾ? ਮੈਂ ਅੱਜ ਤੱਕ ਨਹੀਂ ਸੁਣਿਆ, ਮੈਂ ਬਜ਼ਾਤੇ ਖੁਦ 6 ਸਾਲ ਯੂਰਪ ਸਾਈਪ੍ਰਸ ਵਿੱਚ ਰਿਹਾ, ਮੈਂ ਕਿਧਰੇ ਨਹੀਂ ਸੁਣਿਆ ਕਿ ਕਿਸੇ ਬੰਦੇ ਤੇ ਕੇਸ ਹੋਵੇ ਜਾਂ ਉਹਦੇ ਨਾਲ ਕੋਈ ਐਸਾ ਮਾਮਲਾ ਹੋਵੇ ਅਦਾਲਤੀ ਚੱਲਦਾ ਔਰ ਉਹਨੂੰ ਮੁਲਕ ਦਾ ਸਰਬਰਾਹ ਬਣਾ ਦਿੱਤਾ ਜਾਏ। ਹੁਣ ਨਿੱਕੀ ਜੀ ਤੁਹਾਡੀ ਦੁਕਾਨ ਹੈ, ਹਾਂਜੀ, ਤੁਸੀਂ ਚਾਹੋਗੇ ਕਿ ਤੁਹਾਡਾ ਕੋਈ ਸੇਲਮੈਨ ਜਾਂ ਵਰਕਰ ਮੁਲਜ਼ਮ ਹੋਵੇ ਉਹ ਫੜਿਆ ਗਿਆ? ਭਾਈ ਮੈਂ ਜ਼ਿਆਦਾ ਨਹੀਂ ਜਾਣਦਾ, ਮੈਂ ਇੰਨਾ ਜਾਣਦਾ ਕਿ ਬੋਲ ਦੀ ਰਾਖੀ ਖੋਤਾ ਨਹੀਂ ਭਾਈ ਦਾ। ਸਲਾਮ ਅਲੈਕਮ।